ਤੁਸੀਂ ਹੱਥ ਤੁਹਾਨੂੰ ਦਿੱਤਾ, ਰੱਬ ਨੇ ਦਿਮਾਗ ਤੁਹਾਨੂੰ ਦਿੱਤਾ, ਕਰਦੇ ਕਿਉਂ ਨਹੀਂ? ਪਹਿਲਾਂ ਜਦੋਂ ਆਪਾਂ ਬਿਜ਼ਨਸ ਸਟਾਰਟ ਕੀਤਾ ਸੀ ਨਾ, ਬ੍ਰਾਂਚਾਂ ਨੇ ਆਪਾਂ ਸਲੂਨ ਆਪਣੇ ਦੋ ਇੱਥੇ ਦੇ ਦਿੱਤੇ ਨੇ, ਇੱਥੇ ਰੋਡਾਂ 'ਤੇ ਵੀ ਸੌਂਦੇ ਨੇ, ਜਬਲ ਵਾਲੀਆਂ ਕਿਤੇ ਕੈਂਪੇਰੀਆਂ ਵੱਲ ਦੇਖ ਲਿਓ। ਤਿੰਨ ਜਣਿਆਂ ਦੇ ਮੈਂ ਆਪ ਬਾਈ ਆਊਟ ਪਾਸ ਲੈ ਕੇ ਦਿੱਤੇ ਆ, ਅਤੇ ਅੱਜ ਕੱਲ੍ਹ ਜਾਣਾ ਖਾਣਾ ਏਜੰਟ ਮੰਗ ਲੈਂਦਾ। ਜਿਹੜਾ ਅੱਜ ਦਾ ਜਿਹੜਾ ਆਪਣਾ ਟੋਪਿਕ ਆ, ਹੁਣ ਆਪਾਂ ਸ਼ੁਰੂ ਕਰਦੇ ਹਾਂ ਆਪਣਾ ਟੋਪਿਕ। ਅੱਜ ਦਾ ਟੋਪਿਕ ਜਿਹੜਾ ਹੈਗਾ, ਮਤਲਬ ਅਸੀਂ ਪੁਰਾਣਾ ਵੀ ਦਿਮਾਗ ਦੇ ਵਿੱਚ ਆ ਕਿ ਅਸੀਂ ਸ਼ੇਅਰ ਜ਼ਰੂਰ ਕਰਨਾ, ਆਪਦਾ ਪਰਸਨਲ ਐਕਸਪੀਰੀਅੰਸ ਆ ਇਹ ਦੁਬਈ ਦੇ ਵਿੱਚ। ਅਤੇ ਅੱਜ ਗੱਲਾਂ ਵੀ ਸਾਡੀਆਂ ਛੜੀਆਂ ਸੀਗੀਆਂ, ਹੈ ਨਾ, ਕੀ ਕੀ ਹੁੰਦਾ ਕੀ ਕੀ ਨਹੀਂ ਹੁੰਦਾ। ਟੋਪਿਕ ਬਹੁਤ ਇੰਪੋਰਟੈਂਟ ਆ, ਪਲੀਜ਼ ਥੋੜ੍ਹਾ ਜਿਹਾ ਵੀਡੀਓ ਨੂੰ ਦੇਖ ਲਿਓ, ਸਪੈਸ਼ਲੀ ਦੁਬਈ ਵਾਲਿਆਂ ਲਈ ਆ, ਔਰ ਉੱਧਰਲੇ ਜਿਹੜੇ ਪੰਜਾਬ ਦੇ ਰਿਸ਼ਤੇਦਾਰ ਨੇ, ਹੈ ਨਾ, ਉਹਨਾਂ ਲਈ ਆ, ਪੰਜਾਬੀਆਂ ਲਈ ਜਾਂ ਹੋਰ ਵੀ ਕਮਿਊਨਿਟੀ ਆਉਂਦੀ ਆ ਜਿਹੜੇ ਨਵੇਂ ਆਉਂਦੇ ਆ, ਸਪੈਸ਼ਲੀ ਜਿਹੜੇ ਉੱਧਰ ਏਜੰਟਾਂ ਥਰੂ ਚੜ੍ਹਦੇ ਆ ਧੱਕੇ, ਅਤੇ ਅੱਜ ਕੱਲ੍ਹ ਜਾਣਾ ਖਾਣਾ ਏਜੰਟ ਮਾਇਆ ਫਿਰਦਾ। ਜਿਹੜਾ ਅੱਜ ਦਾ ਜਿਹੜਾ ਆਪਣਾ ਟੋਪਿਕ ਆ, ਇਹਦੇ ਵਿੱਚ ਆਪਾਂ ਦੱਸ ਦਿਓ ਤੁਹਾਨੂੰ ਏਜੰਟਾਂ ਬਾਰੇ, ਅਤੇ ਜਿਹੜਾ ਬੰਦਾ ਆ ਰਿਹਾ ਏਜੰਟ ਥਰੂ, ਔਰ ਜਿਹੜਾ ਬੰਦਾ ਇੱਥੋਂ ਬੁਲਾ ਰਿਹਾ ਉਹਨੂੰ, ਠੀਕ ਆ। ਇਹ ਤਿੰਨ ਚਾਰ ਕੈਟਾਗਰੀਆਂ ਆਪਾਂ ਅੱਜ ਆਪਣੀ ਟੋਕ ਦੇ ਵਿੱਚ ਕਵਰ ਕਰਨੀਆਂ ਨੇ, ਔਰ ਇੰਪੋਰਟੈਂਟ ਆ, ਕਿਉਂਕਿ ਨਾ ਤਾਂ ਮੈਂ ਆਪ ਜਾਣ ਕੇ ਸਾਡਾ ਇਹ ਐਕਸਪੀਰੀਅੰਸ ਆ, ਸਾਡੇ ਕੋਲ ਬੰਦੇ ਬਹੁਤ ਆਉਂਦੇ ਨੇ, ਯਾਰ ਦੋਸਤ ਮਿੱਤਰ ਅੱਗੇ ਦੀ ਅੱਗੇ ਕੋਈ ਨਾ ਕੋਈ ਆਉਂਦਾ ਰਹਿੰਦਾ, ਜਾਂ ਕਿਸੇ ਦੀ ਕਾਲ ਆ ਗਈ ਜਾਂ ਕਿਸੇ ਦਾ ਮੈਸੇਜ ਆ ਗਿਆ। ਜਿਵੇਂ ਆਪਣਾ ਸਲੂਨ ਆ, ਆਪਣੇ ਸਲੂਨ 'ਤੇ ਬਹੁਤ ਬੰਦੇ ਆਉਂਦੇ ਆ, ਹਾਂ, ਜਿਹੜੇ ਉੱਥੋਂ ਏਜੰਟਾਂ ਨੇ ਏਜੰਟਾਂ ਨੇ ਧੱਕੇ ਚੜ੍ਹੇ ਹੋਏ ਆ, ਅਤੇ ਲਾ ਲਾ ਪੈਸੇ, ਇੰਨੇ ਪੈਸੇ ਲਾ ਕੇ ਆਉਂਦੇ ਆ ਕਮਲੇ ਲੋਕ ਦੁਬਈ ਦਾ, ਅੱਜ ਕੱਲ੍ਹ ਕਿਹਨੂੰ ਨਹੀਂ ਪਤਾ ਯਾਰ, ਗੂਗਲ 'ਤੇ ਸਰਚ ਮਾਰੋ ਸਾਰਾ ਕੁਛ ਤਾਂ ਸਾਹਮਣੇ ਆ ਜਾਂਦਾ ਵਾ। ਅਤੇ ਇੱਥੋਂ ਜਦੋਂ ਬੰਦਾ, ਹਰ ਇੱਕ ਬੰਦੇ ਨੂੰ ਚਾਹਨਾ ਵਾ ਅਸੀਂ ਜਾਈਏ ਬਾਹਰ ਜਾ ਕੇ ਕਮਾਈ ਕਰੀਏ, ਲੇਕਿਨ ਅੱਜ ਕੱਲ੍ਹ ਕੀ ਚੱਲ ਰਿਹਾ ਕਿ ਯਾਰ ਅਸੀਂ ਵਧੀਆ ਜੋਬ 'ਤੇ ਜਾਈਏ, ਵਧੀਆ ਤਰੀਕੇ ਨਾਲ ਅਸੀਂ ਉੱਥੇ ਰਹੀਏ ਖਾਈਏ ਪੀਏ। ਪਹਿਲੀ ਗੱਲ ਤਾਂ ਹਰ ਇੱਕ ਵਧੀਆ ਜੋਬ ਲਈ ਆਪਾਂ ਨੂੰ ਪੜ੍ਹਨਾ ਲਿਖਣਾ ਪੈਣਾ ਵਾ, ਤੁਹਾਡੇ ਕੋਲ ਤੁਸੀਂ ਇੱਕ ਵਧੀਆ ਪੋਜੀਸ਼ਨ 'ਤੇ ਹੋਣੇ ਚਾਹੀਦੇ ਹੋ ਉੱਥੇ ਪੰਜਾਬ ਦੇ ਵਿੱਚ। ਅਗਰ ਤੁਸੀਂ ਉੱਥੇ ਕੁਛ ਨਹੀਂ ਕਰ ਰਹੇ, ਵਿਹਲੇ ਫਿਰ ਰਹੇ ਹੋ, ਤਾਂ ਤੁਹਾਨੂੰ ਬਾਹਰ ਵੀ ਕਿਸੇ ਨੇ ਜੋਬ ਨਹੀਂ ਦੇਣੀ, ਹੈ ਨਾ। ਅੱਜ ਕੱਲ੍ਹ ਕੰਪੀਟੀਸ਼ਨ ਬਹੁਤ ਜ਼ਿਆਦਾ ਤੇਜ਼ ਹੋ ਗਿਆ, ਜੋਬ ਬਾਈ ਫਿਰ ਲੇਬਰ ਰਹਿ ਜਾਂਦੀ ਆ, ਲੇਬਰ ਰਹਿ ਜਾਂਦੀ ਆ, ਉਹਨਾਂ ਨੂੰ ਮਿਲਦੀ ਨਹੀਂ। ਮੈਂ ਤੁਹਾਨੂੰ ਪੂਰੀ ਸਟੋਰੀ ਸੁਣਾਉਣਾ ਕੀ ਆ, ਬੰਦਾ ਉੱਥੋਂ ਦੁਬਈ ਦੇ ਵਿੱਚ ਦੁਬਈ ਵਿਜ਼ਿਟ 'ਤੇ ਆਉਂਦਾ ਜੋਬ ਲੱਭਣ, ਠੀਕ ਆ, ਜੋਬ ਲੱਭਣ, ਉਹ ਚੜ੍ਹਦਾ ਉੱਥੇ ਪੰਜਾਬ ਦੇ ਵਿੱਚ ਏਜੰਟਾਂ ਦੇ ਧੱਕੇ। ਅੱਜ ਕੱਲ੍ਹ ਲੋਕ ਏਜੰਟਾਂ ਦੇ ਧੱਕੇ ਘੱਟ, ਰਿਸ਼ਤੇਦਾਰਾਂ ਦੇ ਧੱਕੇ ਜ਼ਿਆਦਾ ਚੜ੍ਹਦੇ ਨੇ, ਠੀਕ ਆ, ਵੀ ਸਾਡਾ ਉੱਥੇ ਆ ਬਾਈ, ਮੈਂ ਤੁਹਾਨੂੰ ਬੁਲਾ ਲੈਂਦਾ, ਮੇਰੀ ਮਾਸੀ ਉੱਥੇ ਆ, ਮੇਰੀ ਚਾਚੀ ਉੱਥੇ ਆ, ਜਾਂ ਮੈਂ ਅੰਕਲ ਉੱਥੇ ਆ, ਮਾਸੜ ਉੱਥੇ ਆ, ਵੀ ਮੈਂ ਤੁਹਾਨੂੰ ਬੁਲਾ ਲੈਂਦਾ, ਠੀਕ ਆ, ਤੁਸੀਂ ਇੰਨੇ ਪੈਸੇ ਦਿਓ, ਤੁਹਾਡਾ ਮੁੰਡਾ ਇੱਧਰ ਆ ਜਾਓ, ਆਪੀ ਜੋਬ ਆਪਾਂ ਕਰਵਾ ਦਾਂਗੇ ਇੱਧਰ। ਕਿੰਨੇ ਕਿੰਨੇ ਸਲੀਮ ਲੈ ਕੇ ਆਉਂਦੇ ਆ, ਕਿੰਨੀ ਕਿੰਨੀ ਮੁੰਡੇ ਫੀਸ ਦੱਸਦੇ ਆ ਆਪਣੇ ਕੋਲ? ਯਾਰ ਇੰਨੇ ਮੁੰਡੇ ਆ ਗਏ, ਇੰਨੇ ਦੇ ਲਏ 1.5 ਲੱਖ ਰੁਪਈਆ ਦੁਬਈ ਦੇ ਇੱਕ ਮਹੀਨੇ ਦੇ ਵਿਜ਼ਿਟ ਵੀਜ਼ੇ ਦਾ ਦੇ ਕੇ ਆ ਰਹੇ ਆ ਬੰਦੇ ਨੂੰ, 1.5 ਲੱਖ ਰੁਪਈਆ ਦੇ ਰਹੇ ਆ, ਇੱਕ ਮਹੀਨੇ ਦਾ ਵਿਜ਼ਿਟ ਵੀਜ਼ਾ ਲੈ ਕੇ ਆ ਰਹੇ ਆ, ਇੱਥੇ ਏਜੰਟ ਲਿਆ ਕੇ ਇੱਥੇ ਇਹਨਾਂ ਨੂੰ ਛੱਡ ਦਿੰਦਾ ਵਾ, ਨਾ ਉਹਨਾਂ ਨੂੰ ਜੋਬ ਦਿੰਦਾ, ਨਾ ਕੁਛ ਹੋਰ, ਧੱਕੇ ਖਾਈ ਜਾਂਦੇ ਆ ਇੱਥੇ। ਵੀਜ਼ਾ ਨਿਕਲ ਆਉਂਦਾ, ਇਹ ਨਾ ਸੋਚੋ ਕਿ ਵੀ ਉਹ ਤੁਹਾਨੂੰ ਓਰੀਜਨਲ ਵੀਜ਼ਾ ਦਿਖਾਉਂਦੇ ਆ ਜਾਂ ਕਾਪੀ, ਉੱਥੇ ਸਾਰਿਆਂ ਨੇ ਦੁਬਈ ਦਾ ਓਰੀਜਨਲ ਵੀਜ਼ਾ ਹੀ ਦਿਖਾਉਣਾ, ਕਿਉਂਕਿ ਐਂ ਨਿਕਲਦਾ ਵਾ, ਕੋਈ ਵੱਡੀ ਗੱਲ ਨਹੀਂ, ਕੋਈ ਵੱਡੀ ਗੱਲ ਨਹੀਂ। ਇਹ ਤਾਂ ਤੁਹਾਨੂੰ 1.5 ਲੱਖ ਰੁਪਈਆ ਜੇਬ 'ਚ ਲੈ ਲਿਆ, ਬੰਦਾ ਤੁਹਾਡਾ ਇੱਧਰ ਆ ਗਿਆ ਖੁਸ਼ੀ ਖੁਸ਼ੀ, ਸ਼ੋਪਿੰਗ ਕਰਦਾ ਉਹ ਕਰਦਾ, ਪਹਿਲਾਂ 60-70 ਹਜ਼ਾਰ ਉੱਥੇ ਫਿਰ ਕਰਜ਼ਾ ਲਾਉਂਦਾ, ਚੜ੍ਹਦਾ ਉਹ ਆਪਦੇ ਕੱਪੜਿਆਂ 'ਤੇ, ਲੀੜਿਆਂ 'ਤੇ ਟੈਕਟਾਂ ਲੈਂਦਾ, ਠੀਕ ਆ, ਸਾਰਾ ਕੁਛ ਚੱਕ ਕੇ ਕਰਜ਼ਾ ਲੈ ਕੇ ਬੰਦਾ ਦੁਬਈ ਆਉਂਦਾ ਵਾ। ਦੁਬਈ ਦੇ ਵਿੱਚ ਇੰਨੀ ਕਾਬਲੀਅਤ ਨਹੀਂ ਹੁੰਦੀ ਗੀ ਕਿ ਤੁਹਾਨੂੰ ਆਉਂਦੇ ਨੂੰ ਜੋਬ ਮਿਲ ਜੂ, ਕਿਉਂਕਿ ਪੜ੍ਹਿਆ ਲਿਖਿਆ ਤਾਂ ਐਕਸਪੀਰੀਅੰਸ ਭਾਲਦੇ, ਅਗਰ ਆਪਾਂ ਕਹਿੰਦੇ ਸਾਨੂੰ ਇੰਡੀਆ ਦਾ ਐਕਸਪੀਰੀਅੰਸ ਆ, ਉਹ ਵਰਕ ਨਹੀਂ ਕਰਦਾ ਇੱਥੇ, ਠੀਕ ਆ, ਤੁਹਾਨੂੰ ਇੱਥੇ ਹੀ ਜ਼ੀਰੋ ਤੋਂ ਸਟਾਰਟ ਕਰਨੀ ਪੈਂਦੀ ਆ ਜੋਬ। ਜਦੋਂ 1.5 ਲੱਖ ਰੁਪਈਆ ਲੈ ਕੇ ਤੁਸੀਂ ਇੱਕ ਮਹੀਨੇ ਦਾ ਵੀਜ਼ਾ ਲੈ ਕੇ ਦੁਬਈ ਆ ਗਏ, ਏਜੰਟ ਦੀ ਜ਼ਿੰਮੇਵਾਰੀ ਉੱਥੇ ਖਤਮ ਨਹੀਂ ਹੋ ਜਾਂਦੀ ਜਿਹਨੇ ਤੁਹਾਨੂੰ ਪ੍ਰੋਮਿਸ ਕੀਤਾ ਹੋਵੇ ਜੋਬ ਦਾ, ਵੀ ਤੁਹਾਨੂੰ ਜੋਬ ਵੀ ਦਵਾਂਗਾ। ਉਹ ਇੱਥੇ ਆ ਕੇ 15-20 ਇੱਜਣਾ ਵਾਂਗੂ ਬੰਦੇ ਸੁੱਟੇ ਹੋਏ ਨੇ ਕਮਰਿਆਂ ਦੇ ਵਿੱਚ, ਪਤਾ ਨਹੀਂ ਬੰਦੇ ਰਹਿੰਦੇ 25-25 ਬੰਦੇ ਇੱਕ ਦੂਜੇ ਦੇ ਉੱਤੇ, ਬਲੈਕ ਰਿਐਲਿਟੀ ਆ ਇਹ, ਮਤਲਬ ਜਿਹਨੂੰ ਮਤਲਬ ਪਤਾ ਨਹੀਂ, ਬਹੁਤ ਸਾਰੇ ਲੋਕਾਂ ਨੂੰ ਅੰਨੇ ਹੋਏ ਪੰਜਾਬੀ ਆਪਣੇ, ਤੇ ਇੱਥੇ ਆ ਕੇ ਬੰਦੇ ਰਹਿੰਦੇ ਆ, ਉਹਨਾਂ ਫਿਰ ਉਹਨਾਂ ਨੂੰ ਲੱਗਦਾ ਵੀ ਯਾਰ ਰਿਸ਼ਤਾ ਫਸ ਗਏ ਆ। ਯਾਰ ਇੱਕ ਗੱਲ ਹੋਰ ਆ, ਉਹ ਵੀ ਇੱਥੇ ਕੋਈ ਰਿਸ਼ਤੇਦਾਰਾਂ ਦੀ ਨਹੀਂ ਸੁਣਦੇ ਵੀ ਇੰਨੇ ਰੁਪਏ ਲੱਗਦੇ ਆਏ ਆ, ਏਜੰਟਾਂ ਨੂੰ ਪੈਸੇ ਫਸਾਉਂਦੇ ਆ ਜਾ ਕੇ, ਹੈ ਜਿਹੜਾ ਬੰਦਾ ਇੱਥੇ ਆ ਕੇ ਫਸਦਾ ਦੇਖਦਾ ਵੀ ਅਸੀਂ ਯਾਰ ਹੁਣ ਫਸ ਗਏ ਆ, ਠੀਕ ਆ, ਫਿਰ ਉਹ ਚੀਜ਼ ਬੰਦੇ ਹੱਥ ਛੱਡ ਕੇ ਬਹਿ ਜਾਣਗੇ ਉਹ, ਹਨਾ, ਆਪਦੀ ਹਿੰਮਤ ਵੀ ਨਹੀਂ ਮਾਰਦੇ। ਇਹਦੇ ਬਾਰੇ ਮੈਂ ਤੁਹਾਨੂੰ ਦੱਸਦਾ ਗੱਲ, ਐਕਸਪੀਰੀਅੰਸ ਆ ਪ੍ਰੋਪਰ ਐਕਸਪੀਰੀਅੰਸ, ਮੈਂ ਸਲੂਨ 'ਤੇ ਬਹਿਣਾ, ਬੰਦੇ ਬਹੁਤ ਆਉਂਦੇ ਆ ਉੱਥੇ, ਆ ਜਾਂਦਾ ਬਾਈ ਬੰਦਾ ਬਾਈ ਜਾਂ ਕਿਸੇ ਦਾ ਰਿਲੇਟਡ ਜਾਂ ਕਿਸੇ ਦੋਸਤ ਦਾ ਦੋਸਤ ਅੱਗੇ, ਹੈ ਨਾ, ਜਾਂ ਗਾਹਕ ਨਾਲ ਆ ਜਾਂਦਾ ਕਸਟਮਰ ਨਾਲ ਆਪਣੇ ਨਾਲ,
ਤੇ ਬਾਈ ਬੰਦਾ ਆਇਆ ਹੋਇਆ ਵਾ ਯਾਰ, ਏਜੰਟ ਨੇ ਫੁੱਦੂ ਗੱਲ ਕਰਤੀ, 1.5 ਲੱਖ ਲੈ ਲਿਆ, ਮਹੀਨੇ ਦਾ ਵੀਜ਼ਾ ਲਵਾਤਾ, ਵੀ ਕੰਮ ਕੁੰਮ ਹੈਗਾ ਦੱਸਿਓ, ਠੀਕ ਆ ਅਤੇ ਕੀ ਚਾਹੁੰਦਾ ਤੂੰ, ਕੀ ਕੰਮ ਕਰੇਗਾ? ਉਹਨਾਂ ਦਾ ਕਹਿਣਾ ਕੀ ਹੁੰਦਾ ਬਾਈ, ਵਧੀਆ ਕੰਮ ਮਿਲ ਜਾਏ, ਹਾਂ ਵਧੀਆ ਬਹਿ ਜਾਏ, ਖਾਣ ਪੀਣ ਬਹਿ ਕੇ ਖਾਣ ਪੀਣ, ਹਾਂ ਵੀ ਹਾਰਡ ਕੰਮ ਨਹੀਂ ਹੋਣਾ ਆਪਣੇ ਤੋਂ, ਵੀ ਸੈਲਰੀ ਵੀ ਵਧੀਆ ਹੋਵੇ, ਉਹਨਾਂ ਦਾ ਕਹਿਣਾ ਇਹ ਹੁੰਦਾ, ਸੈਲਰੀ ਵਧੀਆ ਹੋਵੇ ਅਤੇ ਹਾਰਡ ਕੰਮ ਨਹੀਂ ਹੋਣਾ, ਠੀਕ ਆ, ਹਰ ਇੱਕ ਦੀ ਆਪਦੀ ਇੱਛਾ, ਠੀਕ ਆ ਬਾਈ, ਤੂੰ ਪੜ੍ਹਿਆ ਕਿੰਨੀ ਆ? ਬਾਈ 8 ਹੀ ਕੀਤੀਆਂ, ਬਾਈ 10 ਹੀ ਕੀਤੀਆਂ, ਅੱਛਾ ਐਕਸਪੀਰੀਅੰਸ ਕੀ ਆ ਤੈਨੂੰ? ਬਾਈ ਕੁਛ ਨਹੀਂ ਯਾਰ, ਵਿਹਲੇ ਸੀਗੇ ਇੰਡੀਆ, ਵਿਹਲਾ ਬੰਦਾ, ਪੜ੍ਹਿਆ ਉਹ ਨਹੀਂ, ਕੰਮ ਉਹਨੇ ਹਾਰਡ ਕੰਮ ਨਹੀਂ ਕਰਨਾ, ਤਨਖਾਹ ਉਹਨੂੰ ਵੱਧ ਚਾਹੀਦੀ ਆ, ਕਈਆਂ ਨੂੰ ਮੈਂ ਦੱਸਿਆ ਵੀ ਆ ਵੀ ਆਹ ਕੰਮ 'ਤੇ ਲੱਗ ਜਾ ਇੰਨੀ ਸਰਲੀ ਆ, ਨਾ ਬਾਈ ਕੰਮ ਔਖਾ ਵਾ, ਕਿਸੇ ਨੇ ਕਹਿਣਾ ਨਾ ਬਾਈ ਤਨਖਾਹ ਥੋੜ੍ਹੀ ਆ, ਫਿਰ ਐਂ ਕਰਕੇ ਆਪ ਨਹੀਂ ਕੰਮ ਕਰਦੇ, ਓਕੇ, ਮਹੀਨਾ ਹੋ ਜਾਂਦਾ ਇਹਨਾਂ ਨੂੰ ਵੀਜ਼ਾ ਖਤਮ ਹੋ ਗਿਆ, ਕਿਉਂਕਿ ਜਿਹੜਾ ਏਜੰਟ ਆ ਉਹ ਇਹਨਾਂ ਨੂੰ ਰਿਟਰਨ ਟਿਕਟ ਵੀ ਨਹੀਂ ਲੈ ਕੇ ਦਿੰਦਾ, ਲਿਆ ਕੇ ਸੈੱਟ ਦਿੰਦਾ, ਇਹਨਾਂ ਕੋਲ ਟਿਕਟ ਲੈਣ ਦੇ ਪੈਸੇ ਵੀ ਨਹੀਂ ਹੁੰਦੇ, ਠੀਕ ਆ, ਜਦੋਂ ਮਹੀਨਾ ਖਤਮ ਹੋ ਗਿਆ ਆਪਣਾ, ਵੀਜ਼ਾ ਪੂਰਾ ਹੋ ਗਿਆ ਦੁਬਈ ਦੇ ਰੂਲ ਦੇ ਅਕੋਰਡਿੰਗ, ਵਿਜ਼ਿਟ ਵੀਜ਼ੇ ਵਾਲੇ ਨੂੰ 30 ਦਿਨ ਦਾ ਵੀਜ਼ਾ, ਤਾਂ 31ਵੇਂ ਦਿਨ ਤੋਂ ਫਾਈਨ ਸਟਾਰਟ ਹੋ ਜਾਣਾ, 31ਵੇਂ ਦਿਨ ਤੋਂ 1 ਦਿਨ ਦਾ 100 ਦਰਾਮ ਪੈਂਦਾ, ਫਾਈਨ ਪੈਂਦਾ ਵਾ, 1 ਦਿਨ ਦਾ 100 ਦਰਾਮ ਮੀਨਸ ਮਹੀਨੇ ਦਾ 3000 ਹੋ ਗਿਆ, ਠੀਕ ਆ, ਤਾਂ ਇੰਨੇ ਕੁ ਮੁੰਡੇ ਮੈਨੂੰ ਮਿਲੇ ਆ ਕਿਸੇ 'ਤੇ 12,000 ਦਰਾਮ ਫਾਈਨ, ਪੰਜਾਬੀਆਂ ਦੀ ਇਸ ਟਾਈਮ ਮੈਂ ਗੱਲ ਕਰਦਾ, ਆਪਾਂ ਚਲੋ ਹਜੇ ਹੋਰ ਦੀ ਵੀ ਨਹੀਂ ਗੱਲ ਕਰਦੇ, ਆਪਾਂ ਨੂੰ ਪੰਜਾਬੀ ਮਿਲਦੇ ਆ ਕੇ, ਕਿਸ 'ਤੇ 12,000 ਦਰਾਮ ਫਾਈਨ, ਕਿਸ 'ਤੇ 18, 1 ਤੇ 54,000 ਦਰਾਮ ਫਾਈਨ, ਇੱਥੇ ਹੀ ਫਿਰੀ ਜਾਂਦੇ ਆ ਲੋਕ ਲੋਕ ਕੇ, ਦਰਾਮ ਦੀ ਗੱਲ ਹੋ ਰਹੀ ਹੈ, ਦਰਾਮ ਦੀ ਗੱਲ ਕਰ ਰਿਹਾ, ਦਰਾਮ ਦੀ, ਹਾਂ ਇੱਥੇ ਹੀ ਫਿਰੀ ਜਾਂਦੇ ਆ, ਬਾਹਰ ਜਾਂਦੇ ਨਹੀਂ, 1 ਟਿਕਟ ਨਹੀਂ ਲੈ ਹੋਈ ਉਹਨਾਂ ਤੋਂ, ਹੁਣ ਨਾ ਫਾਈਨ ਪੇ ਕਰ ਹੁੰਦਾ, ਅਤੇ ਤਿੰਨ ਜਾਣਿਆਂ ਦੇ ਮੈਂ ਆਪ ਬਾਈ ਆਊਟ ਪਾਸ ਲੈ ਕੇ ਦਿੱਤੇ ਆ ਇੱਥੋਂ, ਮੁੰਡਿਆਂ ਦੇ ਨੇੜਿਓਂ ਸੀਗੇ, ਉਹ ਰਿਕੁਐਸਟ ਕੀਤੀ ਉਹਨਾਂ ਨੇ, 3 ਪੰਜਾਬੀਆਂ ਦੇ ਇੱਥੋਂ ਮੈਂ ਆਪ ਆਊਟ ਪਾਸ ਲੈ ਕੇ ਦਿੱਤੇ ਆ, ਠੀਕ ਆ, ਪੈਸਾ ਹੈ ਨਹੀਂ ਸੀ, ਆਪਾਂ ਵੀ ਇੰਨੇ ਹੈ ਨਹੀਂ ਕਿ ਸਭ ਨੂੰ ਹੁਣ ਪੈਸਾ ਲਾ ਕੇ ਕਰੀ ਆਈਏ, ਆਊਟ ਪਾਸ ਲੈ ਤਾ ਉਹਨਾਂ ਨੂੰ, ਇਸ ਕੰਟਰੀ ਤੋਂ ਸਹੀ ਸਲਾਮਤ ਬਾਹਰ ਹੋ ਗਏ ਆ, ਬਟ ਉਹ ਵਾਪਸ ਨਹੀਂ ਆ ਸਕਦੇ, ਸਾਲ ਸਾਲ ਦਾ ਬੈਨ ਲੱਗੂਗਾ, ਅਤੇ ਨੈਕਸਟ ਟਾਈਮ ਉਹਨਾਂ ਨੂੰ ਮੇ ਬੀ ਵੀਜ਼ਾ ਵੀ ਨਹੀਂ ਮਿਲੂਗਾ ਜਦੋਂ ਆਊਟ ਪਾਸ ਮਿਲ ਜਾਂਦਾ, ਉਹਨਾਂ ਦੀ ਲਿਸਟ 'ਚ ਚੜ੍ਹ ਜਾਂਦਾ, ਉਹਨਾਂ ਦੀ ਲਿਸਟ 'ਚ ਚੜ੍ਹ ਜਾਂਦਾ ਵਾ, ਅਤੇ ਇਹ ਹੋ ਜਾਂਦਾ, ਬਟ ਆਪਾਂ ਉਹਨਾਂ ਦਾ ਇਹ ਕੰਮ ਕਰਾਤਾ ਸੀਗਾ, ਬਟ ਇੰਨੇ ਕੁ ਬੰਦੇ ਫਿਰਦੇ ਯਾਰ, ਇੰਨੇ ਫਾਈਨ ਵਾਲੇ, ਤੁਸੀਂ ਤੋਰਨ ਲੱਗੇ ਕੁਛ ਸਰਚ ਕਰ ਲਓ, ਅੱਜ ਕੱਲ੍ਹ ਇੰਟਰਨੈਟ ਦਾ ਜ਼ਮਾਨਾ ਵਾ, ਗੂਗਲ ਹੀ ਇੰਨਾ ਦੁਬਈ ਦੇ ਕੀ ਚਾਰਜਸ ਆ, 20 ਰੁਪਈਏ ਲੱਗਦਾ, ਉਹ ਸੁਣ ਲਓ, ਹੁਣ ਕਈਆਂ ਦੇ ਏਜੰਟ ਫਸਾਉਂਦੇ ਆ, ਕਈਆਂ ਦੇ ਰਿਸ਼ਤੇਦਾਰ, ਅੱਜ ਕੱਲ੍ਹ ਰਿਸ਼ਤੇਦਾਰ ਜ਼ਿਆਦਾ ਫਸਾ ਰਹੇ ਆ, ਵਿਜ਼ਿਟ 'ਤੇ ਲਿਆ ਕੇ ਬਿਠਾ ਦਿੰਦੇ ਆ, ਠੀਕ ਆ, ਫਿਰ ਕੋਈ ਵਿਜ਼ਿਟ ਅੱਗੇ ਕਰਾ ਦਿੰਦਾ, 6-6 ਮਹੀਨੇ ਕੰਮ ਕਰਾਈ ਜਾਂਦੇ ਆ, ਫਿਰ ਲੋਕ ਉਹਨਾਂ ਨੂੰ ਪੈਸੇ ਨਹੀਂ ਦਿੰਦੇ, ਕਿਉਂਕਿ ਇਹ ਕਿਹੜਾ ਕੁਛ ਕਰ ਸਕਦਾ, ਨਾ ਕੰਪਲੇਂਟ ਕਰ ਸਕਦਾ, ਨਾ ਕੁਛ ਹੋਰ, ਤਾਂ ਕਹਿਣ ਦਾ ਮਤਲਬ ਇਹ ਆ, ਥੋੜ੍ਹਾ ਸਿਆਣੇ ਬਣੋ, ਹਰ ਕੋਈ ਈਜ਼ੀ ਆ ਦੁਬਈ ਆਉਣਾ, ਕੋਈ ਵੱਡੀ ਗੱਲ ਨਹੀਂ, ਸਭ ਨੂੰ ਪਤਾ ਵਾ, ਬਟ ਐਵੇਂ ਬੁੱਥੀ ਚੱਕ ਕੇ 1.5-1.5 ਲੱਖ ਰੁਪਈਆ ਦੁਬਈ ਦਾ 1 ਮਹੀਨੇ ਦਾ ਨਾ ਦੇ ਕੇ ਆਵੋ, ਹਾਂ 1.5 ਲੱਖ 'ਚ ਤੁਹਾਨੂੰ ਕੋਈ ਰੈਜੀਡੈਂਸ਼ੀਅਲ ਵੀਜ਼ਾ ਦਿੰਦਾ ਵਾ, 2 ਸਾਲ ਦਾ ਦਿੰਦਾ, ਫਿਰ ਵੀ ਆਪਾਂ ਮੰਨ ਲੈਂਦੇ ਹਾਂ ਨਾ ਬਈ, ਹਾਂ ਠੀਕ ਹੋ ਸਕਦਾ, ਰੈਜੀਡੈਂਸ਼ੀਅਲ ਆ ਗਿਆ, ਕੰਮ 'ਤੇ ਲੱਗ ਗਿਆ, ਡਾਇਰੈਕਟ ਤਨਖਾਹ ਚੱਕੂਗਾ, ਉਹ ਵੀ ਆਪਾਂ ਮੰਨ ਲੈਂਦੇ ਹਾਂ ਨਾ, ਅਤੇ ਬਟ ਤੁਸੀਂ ਸਿਆਣੇ ਬਣੋ ਯਾਰ, ਇੱਦਾਂ ਨਾ ਕਰੋ, ਪੁੱਛ ਲਿਆ ਕਰੋ ਕਿਸੇ ਤੋਂ, ਜਦੋਂ ਕੋਈ ਇਨਫੋਰਮੇਸ਼ਨ ਤੁਹਾਨੂੰ ਚਾਹੀਦੀ ਹੋਵੇ ਜਾਂ ਕੁਛ ਵੀ ਹੁੰਦਾ, ਤੁਹਾਡਾ ਪੜ੍ਹੇ ਲਿਖੇ ਹੋ ਅਤੇ ਉਹਨੂੰ ਕਿਤੇ ਗੂਗਲ 'ਤੇ ਸਰਚ ਕਰ ਲਓ, ਕੋਈ ਯਾਰ, ਪਹਿਲੀ ਗੱਲ ਤਾਂ ਨਾ ਮੈਂ ਇਹ ਹਿਸਾਬ ਲਾਇਆ, ਇੱਥੇ ਅਸੀਂ ਬੰਦਿਆਂ ਨੂੰ ਜਿਹੜੇ ਵੀ ਸਾਡੇ ਕੋਲ ਆਉਂਦੇ ਨੇ ਉਹਨਾਂ ਨੂੰ ਅਗਰ ਸਿੱਧੀ ਰਾਏ ਦਿੰਦੇ ਹਾਂ, ਯਕੀਨ ਹੀ ਨਹੀਂ ਕਰਦੇ, ਪੁੱਛ ਕੇ ਚਲੇ ਜਾਣਗੇ, ਯਕੀਨ ਨਹੀਂ ਕਰਦੇ, ਉੱਥੇ ਏਜੰਟ ਨੂੰ 1-1.5 ਲੱਖ ਰੁਪਈਆ ਫਸਾ ਕੇ, ਉਹ 'ਤੇ ਉਹਨੂੰ ਜ਼ਿਆਦਾ ਯਕੀਨ ਆ, ਹੋਇਆ ਸਾਡੇ ਨਾਲ, ਬੰਦੇ ਨੂੰ ਜੈਨੂਅਨ ਗੱਲ ਦੱਸ ਰਿਹਾ ਕਿ ਯਾਰ ਨਹੀਂ ਤੂੰ ਇੰਨੇ ਦਾ ਵੀਜ਼ਾ ਆਉਣਾ, ਵੀਜ਼ਾ ਕਢਾ ਕੇ ਤੂੰ ਇੱਥੇ ਆ ਜਾ, ਆਹ ਤੇਰੀ ਆਹ ਚੀਜ਼ ਹੋਣੀ ਹੈ ਇੱਥੇ, ਵੀ ਇੱਥੇ ਆ ਕੇ ਤੈਨੂੰ ਜੋਬ ਲੱਭਣੀ ਪੈਣੀ ਆ, ਤੇਰੇ ਬੈੱਡ ਸਪੇਸ ਦਾ ਖਰਚਾ ਆਊਗਾ, ਤੇਰੇ 1 ਮਹੀਨਾ ਜਾਂ 3 ਮਹੀਨੇ ਰਹਿਣ ਦਾ ਖਰਚਾ ਇੰਨਾ ਆਊਗਾ, ਠੀਕ ਹੈ, ਆਹ ਚੀਜ਼ ਕਰਕੇ ਤੂੰ ਇੱਥੇ ਆ ਜਾ, ਨਹੀਂ ਉਦੋਂ ਤਾਂ ਤੇਰੇ ਕੋਲ ਜਾ ਕੇ ਨਾ ਫੁੱਦੂ ਬਣਾਈ, ਉਦੋਂ ਹੀ ਪਤਾ ਲੱਗਿਆ ਸਾਨੂੰ ਜਦੋਂ ਬੰਦਾ ਇੱਥੇ ਲੈਂਡ ਹੋ ਗਿਆ, ਆ ਕੇ ਇੱਥੇ ਜਦੋਂ ਉਹਦੇ ਫਾਈਨ ਚੜ੍ਹ ਗਿਆ, ਫਿਰ ਸਾਨੂੰ ਆ ਕੇ ਦੱਸ ਰਿਹਾ ਬਾਈ ਜੀ ਫਿਰ ਤੁਸੀਂ ਸਹੀ ਕਹਿੰਦੇ ਸੀ, ਇੱਦਾਂ ਸੀ, ਸਾਨੂੰ ਕਿਸੇ ਨਾਲ ਕੋਈ ਲੈਣਾ ਦੇਣਾ ਨਹੀਂ, ਬੰਦੇ ਬਹੁਤ ਫਸ ਰਹੇ ਨੇ ਇੱਥੇ, ਰੋਡਾਂ 'ਤੇ ਵੀ ਸੌਂਦੇ ਨੇ, ਜਬਲ ਵਾਲੀ ਜਾਂ ਕਿਸੇ ਕੈਂਪ ਏਰੀਆ ਵੱਲ ਦੇਖ ਲਿਓ, ਕੋਈ ਕਿਸੇ ਨਾਲ ਦਾਰੂ ਪੀ ਰਿਹਾ, ਕੋਈ ਕਿਸੇ ਨਾਲ ਕੁਛ ਕਰ ਰਿਹਾ, ਹੈ ਨਾ, ਅਤੇ ਫਿਰ ਇਹ ਵੀ ਜਿਹੜੇ ਬੰਦੇ ਆ ਰਹੇ, ਇਹ ਵੀ ਸਾਰੇ ਸਤੇ ਸਵਿੱਤਰੇ ਨਹੀਂ ਹੈਗੇ, ਜਿਹੜੇ ਬੰਦੇ ਆਉਂਦੇ ਆ ਨਾ ਵਿਜ਼ਿਟ 'ਤੇ ਜੋਬ ਲੱਭਣ, ਇਹ ਵੀ ਜਿਹਦੇ ਕੋਲ ਆਉਂਦੇ ਆ, ਸਮਝ ਲਓ ਮੇਰੇ ਕੋਲ ਆ ਗਿਆ ਕੋਈ ਬੰਦਾ ਜਾਂ ਕੋਈ ਆਪਦੇ ਦੋਸਤ ਕੋਲ ਆ ਕੇ ਬਹਿ ਗਿਆ, ਇਹ ਵੀ ਹੱਡ ਹਰਾਮ ਇੰਨੇ ਹੋ ਜਾਂਦੇ ਆ ਕਿ ਜੋਬ ਲੱਭਣੀ ਹੋਈ ਨਹੀਂ,
ਜਾ ਕੇ ਬਾਹਰ ਜੌਬਾਂ ਨਹੀਂ ਲੱਭਦੇ, ਬੈਠੇ ਰਹਿੰਦੇ ਆ ਮਹੀਨਾ ਨਹੀਂ ਕੱਢ ਲੈਂਦੇ, ਕਿਉਂਕਿ ਜਿਹਦੇ ਕੋਲ ਆਇਆ ਹੁੰਦਾ ਰਿਸ਼ਤੇਦਾਰ ਕੋਲੇ ਉਹ ਉੱਥੇ ਉਹਨੂੰ ਰੋਟੀ ਪਾਣੀ ਮਿਲੀ ਜਾਂਦਾ, ਏਸੀ ਲੱਗਿਆ ਹੋਇਆ, ਨੈੱਟ ਚੱਲਦਾ ਵਾ, ਠੀਕ ਆ, ਤੇ ਇੱਥੋਂ ਈਜ਼ੀ ਹੋ ਜਾਂਦਾ ਘਰਦਿਆਂ ਨੂੰ ਫੋਨ ਕਰਕੇ ਕਹਿਣਾ ਸਾਨੂੰ ਤਾਂ ਏਜੰਟ ਨੇ ਫਸਾਤਾ, ਹੈ ਨਾ, ਆਲਰੇਡੀ ਤੂੰ ਫਸ ਚੁੱਕਿਆ ਬਰੋ, ਤੂੰ ਉਹ ਫਸ ਚੁੱਕਿਆ, ਨਿਕਲ ਘਰਦਿਆਂ ਦਾ ਜਿਹੜਾ ਪੈਸਾ ਲਾ ਕੇ ਆ ਉਹਨੂੰ ਬਾਹਰ ਨਿਕਲ, ਜੋਬ ਲੱਭ ਆਪਦੇ ਕਾਬਲੀਅਤ ਤੇ, ਜਿਹੜੀ ਵੀ ਜੋਬ ਮਿਲਦੀ ਆ ਨਹੀਂ ਉਹ ਜੋਬ ਲੈ, ਕਿਉਂਕਿ ਕੰਮ ਕਰ, ਕਿਉਂਕਿ ਉਹਨਾਂ ਨੇ ਹਾਰਡ ਵਰਕ ਨਹੀਂ ਕਰਨਾ, ਮਨ ਨਹੀਂ ਬਣਾ ਕੇ ਹੁੰਦੇ ਨਾ ਮੈਂ ਹਾਰਡ ਕੰਮ ਵੀ ਕਰਨਾ, ਏਜੰਟਾਂ ਨੇ ਦਿਖਾਏ ਹੁੰਦੇ ਆ ਸੁਪਨੇ, ਉਹੀ ਸੁਣ ਕੇ ਆ ਜਾਂਦੇ ਆ, ਐਂ ਕਰ ਲਾਂਗੇ ਉਹ ਕਰ ਲਾਂਗੇ, ਫੋਕੀਆਂ ਫੜਾਂ, ਉਹ ਟਾਈਮ ਗਿਆ ਵੀਰੇ, ਪਹਿਲਾਂ ਅੱਜ ਤੋਂ ਤੁਸੀਂ ਗੱਲਾਂ ਕਰੋ ਨਾ, 20-15 ਸਾਲ ਪਹਿਲਾਂ ਬੰਦੇ ਆਉਂਦੇ ਰਹੇ ਨੇ ਇੱਥੇ ਆ ਕੇ, ਕਿਸੇ ਦੇ ਚਾਚੇ ਨੇ ਜੋਬ ਲਵਾਤੀ, ਕਿਸੇ ਦੇ ਪਿਓ ਨੇ ਜੋਬ ਲਵਾਤੀ, ਸਾਰੇ ਇੱਥੇ ਸੀ, ਹੁਣ ਕੰਪੀਟੀਸ਼ਨ ਹੋ ਗਿਆ ਵੀਰੇ ਬਹੁਤ ਜ਼ਿਆਦਾ, ਹਰ ਇੱਕ ਬੰਦਾ ਇੱਥੇ ਦੂਸਰੇ ਸਟੇਟਾਂ ਦੇ ਜਿਹੜੇ ਬੰਦੇ ਆਉਂਦੇ ਨੇ, ਸਾਰਾ ਕੋਈ ਪੜ੍ਹੇ ਲਿਖੇ ਟੋਪ ਤੋਂ ਟੋਪ ਬੰਦਾ ਬੈਠਾ ਵਾ, ਮਾਰਕੀਟ ਦੇ ਵਿੱਚ ਸਬਜ਼ੀ ਮੰਡੀਆਂ 'ਚ ਸਬਜ਼ੀਆਂ ਵਿਕਦੀਆਂ, ਉਸ ਹਿਸਾਬ ਨਾਲ ਮਾਰਕੀਟ ਭਰੀ ਪਈ ਹੈ ਜੋਬਲੈਸ ਨਾਲ, ਠੀਕ ਹੈ, ਇਸ ਕਰਕੇ ਮੇਰੀ ਤੁਹਾਨੂੰ ਇਹ ਮਤਲਬ ਬੇਨਤੀ ਹੈ, ਨਾ ਫਸਾਓ ਪੈਸਾ, ਔਰ ਤੁਸੀਂ ਆਉਣਾ ਕਿਸੇ ਨੌਨ ਬੰਦੇ ਤੋਂ ਪੁੱਛ ਲਓ, ਕੋਈ ਨੌਨ ਬੰਦੇ ਤੋਂ ਪੁੱਛ ਲਓ, ਹਾਂ ਜੇ ਤੁਹਾਨੂੰ ਨਹੀਂ ਟੱਕਰਦਾ ਅਗਰ ਸਾਡੇ ਸਾਨੂੰ ਮੈਸੇਜ ਕਰ ਲਓ, ਠੀਕ ਹੈ, ਇਹ ਨਹੀਂ ਹੈਗਾ ਕਿ ਵੀ ਤੁਸੀਂ ਸਾਨੂੰ ਪੇ ਕਰਨਾ ਜਾਂ ਉਹ ਕਰਨਾ, ਅਸੀਂ ਇਨਫੋਰਮੇਸ਼ਨ ਦੇ ਦਾਂਗੇ, ਤੁਹਾਡੀ ਮਰਜ਼ੀ ਨਹੀਂ ਕਰਨੀ ਨਾ ਕਰੋ ਬਾਈ, ਹੈ ਨਾ, ਲੇਕਿਨ ਪੈਸਾ ਨਾ ਫਸਾਓ ਅਨਨੈਸੈਸਰੀ, ਘਰਦਿਆਂ ਨੂੰ ਗੱਲ ਜਿਹਦੇ ਕੋਲ ਵੀ ਆਪਣੀ ਇਹ ਵੀਡੀਓ ਪਹੁੰਚਦੀ ਆ, ਮੈਸੇਜ ਕਰ ਦਿਓ ਉੱਤੇ ਹੀ, ਵਟਸਐਪ ਕਿਵੇਂ ਕਮੈਂਟ ਕਰ ਦਿਓ ਬਾਈ ਇਹ ਕੰਮ 'ਚ ਇੰਨੇ ਰੁਪਏ ਮੰਗਦਾ, ਇੰਨੀ ਤਾਂ ਆਪਾਂ ਨੂੰ ਇਸ ਟਾਈਮ ਨੌਲੇਜ ਹੈਗੀ ਆ ਦੁਬਈ 'ਚ ਕਿੱਥੇ ਕਿੰਨਾ ਰੁਪਈਆ ਲੱਗਦਾ ਵਾ। ਇੱਕ ਗੱਲ ਹੋਰ ਨੋਟ ਕਰਿਓ, ਆਪਣਾ ਇੱਥੇ ਬਿਜ਼ਨਸ ਆ, ਪਹਿਲਾਂ ਜਦੋਂ ਆਪਾਂ ਬਿਜ਼ਨਸ ਸਟਾਰਟ ਕੀਤਾ ਸੀ ਨਾ, ਬ੍ਰਾਂਚਾਂ ਨੇ ਆਪਾਂ ਸਲੂਨ ਆਪਣੇ ਦੋ ਇੱਥੇ ਦੁਬਈ ਦੇ ਵਿੱਚ, ਠੀਕ ਆ, ਜਦੋਂ ਆਪਾਂ ਸਟਾਰਟ ਦੇ ਵਿੱਚ ਕਿਸੇ ਨੇ ਸਾਡਾ ਹੱਥ ਨਹੀਂ ਫੜਿਆ, ਕਿਸੇ ਨੇ ਸਾਨੂੰ ਕੁਝ ਦੱਸਿਆ ਨਹੀਂ, ਟੈਕਨੀਕ ਅੰਦਰਲੀਆਂ ਗੱਲਾਂ ਕੀ, ਅੰਦਰ ਪਏ ਆ, ਸੱਟਾਂ ਖਾਧੀਆਂ, ਠੋਕਰਾਂ ਖਾਧੀਆਂ, ਫਿਰ ਜਾ ਕੇ ਸਾਨੂੰ ਲੈਸਨ ਲਰਨ ਹੋਏ ਨੇ, ਅਸੀਂ ਐਕਸਪੀਰੀਅੰਸ ਲਿਆ। ਪਹਿਲਾਂ ਅਸੀਂ ਕਰਾਉਂਦੇ ਸੀਗੇ ਵੀਜ਼ੇ, PRO ਵਗੈਰਾ ਤੋਂ ਹਾਇਰ ਕਰ ਲਏ, ਟਰੈਵਲ ਏਜੰਸੀ ਹੈ ਨਾ ਸਾਰੇ, ਜੇ ਕੋਈ ਸਾਡਾ ਵਰਕਰ ਆਉਂਦਾ ਜਾਂ ਬਾਰਬਰ ਆਉਂਦਾ ਕੋਈ ਵੀ ਹੈ ਨਾ, ਕੋਈ ਵੀ ਤਰ੍ਹਾਂ 3600 ਕੰਮ ਹੁੰਦੇ ਆ। ਹੁਣ ਅਸੀਂ ਉਹ ਪੈਸੇ ਬਚਾਉਂਦੇ ਹਾਂ, ਅਸੀਂ ਲਾਉਂਦੇ ਨਹੀਂ ਹੈਗੇ, ਖੁਦ ਇਹ ਜਾਂਦਾ ਵਾ ਐਜ਼ ਐਨ PRO, ਵੀਜ਼ਾ ਕਢਾਉਣ ਤੋਂ ਲੈ ਕੇ ਆਊਟ ਪਾਸ ਤੱਕ, ਲਾਇਸੈਂਸ ਵੀ ਬਣਾਇਆ, ਲਾਇਸੈਂਸ ਤੱਕ ਕੀਤਾ, ਹੁਣ ਸਾਰਾ ਮਤਲਬ ਜੋ ਬਿਜ਼ਨਸ ਦੇ ਵਿੱਚ ਆਉਂਦਾ ਵਾ, ਇਕੱਲਾ ਇਕੱਲਾ ਸਿੰਗਲ ਪੇਪਰ ਵੀ ਜੋ ਵੀ ਆਉਂਦਾ, ਸਾਰੇ ਕੰਮ ਸਾਡੇ ਹੱਥੀਂ ਲੰਘੇ ਹੋਏ ਨੇ ਹੁਣ ਇਸ ਵਕਤ, ਠੀਕ ਆ। ਤਾਂ ਤੁਹਾਨੂੰ ਅਸੀਂ ਜ਼ੋਰ ਲਾ ਕੇ ਕਹਿ ਰਹੇ ਹਾਂ ਬਾਈ ਜੀ, ਨਾ ਫਸੋ, ਨਾ ਕਿਸੇ ਧੱਕੇ ਚੜੋ। ਔਰ ਇੰਨੇ ਜਾਣੇ ਹੋ ਗਏ ਯਾਰ, ਤਾਂ ਇਸ ਵਾਰ ਮੈਸੇਜ ਦੇ ਰਹੇ ਹਾਂ, ਦੂਜੇ ਤੀਜੇ ਦਿਨ ਇੱਕ ਨਵਾਂ ਮੁੰਡਾ ਮਿਲਦਾ ਹੀ ਆ ਪੰਜਾਬੀ, ਆਪਾਂ ਨੂੰ ਚੱਲ ਜ਼ਿਆਦਾ ਪੰਜਾਬੀ ਮਿਲਣੇ ਆ, ਤੁਸੀਂ ਪੁੱਛ ਲਿਆ ਕਰੋ ਯਾਰ, ਜਾਂ ਜਿਹਦੇ ਕੋਲ ਆਪਣੀ ਆ ਵੀਡੀਓ ਪਹੁੰਚੂਗੀ ਇੱਥੇ ਕਮੈਂਟ ਕਰ ਲਓ ਬਾਈ ਇਹ ਇੰਨੇ ਰੁਪਏ ਮੰਗਦਾ, ਕੰਮ ਲਈ ਮੰਗਦਾ, ਇੱਕ ਮਹੀਨੇ ਦਾ ਵੀਜ਼ਾ ਆਉਂਦਾ, ਤੁਹਾਨੂੰ ਰਿਪਲਾਈ ਕਰ ਦਾਂਗੇ, ਨਾ ਵੀ ਉਹ ਆ ਨਾ ਕਰ, ਪੈਸੇ ਤੁਹਾਡੇ, ਮਿਹਨਤ ਤੁਹਾਡੀ, ਕਰਨਾ ਸਾਰਾ ਕੁਛ ਤੁਸੀਂ ਆ, ਹੱਥ ਤੁਹਾਨੂੰ ਦਿੱਤਾ ਰੱਬ ਨੇ, ਦਿਮਾਗ ਤੁਹਾਨੂੰ ਦਿੱਤਾ, ਕਰਦੇ ਕਿਉਂ ਨੀ, ਕਰੋ, ਸਹੀ ਗੱਲ ਹੈ ਕਿ ਨਹੀਂ। ਹੁਣ ਨਵਾਂ ਹੋ ਰਿਹਾ ਨਾ, ਜਿਵੇਂ ਗੱਲ ਫੈਲੀ ਆ ਦੁਬਈ ਦਾ ਟਰਾਲੇ ਦਾ ਵੀਜ਼ਾ ਹੋਵੇ, ਕੈਨੇਡਾ ਲੱਗ ਗਿਆ ਆਉਂਦਾ, ਇੰਨੇ ਮੁੰਡੇ ਪੰਜਾਬ ਤੋਂ ਚੰਗੇ ਘਰਾਂ ਦੇ, ਇੰਨੇ ਇੰਨੇ ਰੁਪਈਏ ਦੇ ਕੇ ਟਰਾਲੇ ਦਾ ਵੀਜ਼ਾ, ਸਿਰਫ ਲਾਇਸੈਂਸ ਬਣਾਉਣ ਆ ਰਹੇ ਆ ਇੱਥੇ ਬਾਈ। ਕਮ ਸੇ ਕਮ ਸਾਡੇ ਅਰਗੇ ਨੂੰ ਪੁੱਛ ਲਓ, ਤੁਹਾਨੂੰ ਗਾਈਡ ਕਰ ਦਾਂਗੇ ਕਿੰਨੇ ਰੁਪਏ ਲਾ ਦਿਆ, ਕਿੰਨੇ ਦਾ ਵੀਜ਼ਾ ਆਉਣਾ, ਕਿੰਨੇ ਇੱਥੇ ਲਾਇਸੈਂਸ ਦੇ ਲੱਗਣੇ ਆ, ਇੱਕ ਮੈਸੇਜ ਕਰ ਦਿਓ, ਥੋੜ੍ਹਾ ਕੁਛ ਤੁਹਾਨੂੰ ਨੌਲੇਜ ਮਿਲ ਜਾਵੇ, ਐਵੇਂ ਨਾ ਆ ਕੇ ਯਾਰ ਫਸੋ ਨਾ ਇੱਥੇ, ਫਿਰ ਬਾਈ ਕਢਾ ਦਿਓ, ਐਂ ਕਰ ਦਿਓ। ਨੋਟ ਓਨਲੀ ਸਾਨੂੰ ਹੀ ਕਹਿੰਦੇ ਆ, ਅਗਲਾ ਜਿਹਨੂੰ ਵੀ ਮਿਲਦਾ ਫਿਰ ਐਂ ਕਹਿੰਦੇ, ਪੰਜਾਬੀ ਆ ਬੰਦਿਆਂ ਦੇ ਤਰਸ ਆ ਜਾਂਦਾ ਵਾ, ਹੈ ਨਾ, ਫਸਿਆ ਜਾ ਨਹੀਂ ਪਾਉਂਦੇ, 12,000 ਦਰਾਮ ਕਿੱਥੋਂ ਦਊਗਾ ਯਾਰ ਬੰਦਾ, 20,000 ਦਰਾਮ। ਇਹਦੇ ਵਿੱਚ ਹੁਣ ਜਿਹੜੀ ਕਾਰਸਤਾਨੀ ਏਜੰਟ ਕਰਦੇ ਆ, ਉਹ ਤਾਂ ਚੱਲ ਆਪਾਂ ਨੂੰ ਜੱਗ ਜ਼ਾਹਿਰ ਆ, ਹੈ ਨਾ, ਰਿਸ਼ਤੇਦਾਰਾਂ ਥਰੂ ਲੋਕ ਆਪਦੇ ਰਿਸ਼ਤੇਦਾਰਾਂ ਨੂੰ ਫਸਾਈ ਜਾ ਰਹੇ, ਸਾਡਾ ਰੀਸੈਂਟਲੀ ਐਕਸਪੀਰੀਅੰਸ ਆ, ਚੱਲ ਕਿਉਂ ਨਾ ਲੈਣਾ ਆਪਾਂ, ਚੱਲ ਛੱਡ ਪਏਗਾ, ਹੈ ਨਾ, ਨਾ ਇੱਕ ਰਿਸ਼ਤੇਦਾਰ ਨੇ, ਕਲੋਜ਼ ਰਿਸ਼ਤੇਦਾਰ ਹੀ ਬੁਲਾਇਆ ਹੋਇਆ, ਉਹ ਵਿਚਾਰਾ ਧੱਕੇ ਖਾ ਕੇ ਆਉਣ ਇੱਥੋਂ, ਮਹੀਨੇ ਡੇਢ ਬਾਅਦ, ਮਹੀਨੇ ਬਾਅਦ ਉਹ ਚੱਲਿਆ ਘਰੇ ਵਾਪਸ, ਹੈਂ, ਅਤੇ ਉਹ ਹੁਣ ਮੈਨੂੰ ਸਮਝ ਨਹੀਂ ਆਉਂਦੀ ਵੀ ਉਹ ਜਾ ਕੇ ਉਹਨੇ ਤਾਂ ਹੁਣ ਡੰਡਾ ਚੱਕ ਲੈਣਾ ਰਿਸ਼ਤੇਦਾਰਾਂ 'ਚ, ਲੜਾਈ ਹੋਊ, ਪੈਸੇ ਭਾਈ ਮੇਰੇ ਦੋ, ਮੇਰੀ ਤੁਸੀਂ ਜੋਬ ਦਾ ਵਾਅਦਾ ਕੀਤਾ ਸੀ, ਜੋਬ ਤਾਂ ਮੈਂ ਉੱਥੇ ਮਹੀਨਾ ਭੁੱਖਾ ਮਾਰ ਕੇ ਆਇਆ, ਨਹੀਂ ਦੂਜਾ ਉਹ ਬੰਦੇ ਨੇ ਵੀ ਉੱਠ ਕੇ ਜੋਬ ਨਹੀਂ ਲੱਭੀ ਨਾ, ਉਹੀ ਤਾਂ ਗੱਲ, ਇੱਕ ਤਾਂ ਉਹਨਾਂ ਨੇ ਚੱਲ ਮਾਰ ਲਈ ਉਹਦੀ, ਕਰਤਾ ਹੋ ਗਿਆ, ਉਹਨੇ ਮਹੀਨਾ ਬਹਿ ਕੇ ਹੀ ਕੱਢ ਲਿਆ, ਉੱਠਿਆ ਨਹੀਂ, ਜੋਬ ਲੱਭਣ ਨਹੀਂ ਗਿਆ, ਤੁਰਿਆ ਨਹੀਂ, ਆਹੀ ਤਾਂ ਪਹਿਲਾਂ ਵੀ ਜੰਟ ਜਿਹੜੀ ਕਾਰਸਤਾਨੀ ਕਰਦੇ ਆ ਤਾਂ ਕਰਦੇ ਆ, ਫਿਰ ਜਿਹੜਾ ਤੁਸੀਂ ਫੰਨੇ ਖਾਂ ਵਿਜ਼ਿਟ ਲਵਾ ਕੇ ਆਉਂਦਾ, ਉਹਨੂੰ ਲੱਗਦਾ ਮੈਂ ਜਿਹੜੀਆਂ ਟਿਕਟੋਕ ਤੇ ਆਹ ਬਿਲਡਿੰਗਾਂ ਦੇਖਦਾ ਨਾ ਕੱਚ ਵਾਲੀਆਂ ਆਉਂਦੇ ਹੋਏ, ਉੱਥੇ ਹੀ ਰਹਿਣਾ ਜਾ ਕੇ, ਨਹੀਂ ਉੱਥੇ, ਮੈਂ ਉੱਥੇ ਹੀ ਰਹਿਣਾ ਕਿਤੇ ਬੁਰਜ ਖਲੀਫੇ ਦੇ ਨੇੜੇ ਤੇੜੇ, ਭੈਣ ਮੇਰੀ ਜ਼ਿੰਦਗੀ ਤਾਂ ਦੇਖੀ, ਵੀਡੀਓ ਪੈਂਦੀਆਂ ਦੇਖੀ, ਮੈਂ ਦਿਖਾਉਂਦਾ ਸ਼ਰੀਕਾਂ ਦਾ ਸੀਨਾ ਸਾੜਦਾ, ਹੈ ਨਾ, ਉਹ ਚੀਜ਼ਾਂ ਨਹੀਂ ਹੈਗੀਆਂ ਵੀਰੇ, ਰਿਐਲਿਟੀ ਬਹੁਤ, ਤੁਸੀਂ ਬਹੁਤ ਦੂਰ ਹੋ ਰਿਐਲਿਟੀ ਤੋਂ,
ਕੁਛ ਹੋਰ ਹੀ ਹੈ ਇੱਥੇ ਰਿਐਲਿਟੀ। ਇੱਥੇ ਜੰਗ ਜਿੱਤਣੀ ਪੈਂਦੀ ਆ, ਮਿਹਨਤ ਤਾਂ 14-14 ਘੰਟੇ 12-12 ਘੰਟੇ ਕੰਮ ਕਰਕੇ ਜਿੱਤਣਾ ਪੈਂਦਾ ਸਾਰਾ ਕੁਛ, ਐਵੇਂ ਬੈਠੇ ਬਿਠਾਏ ਨਹੀਂ ਮਿਲ ਜਾਂਦਾ ਕਿਸੇ ਨੂੰ, ਠੀਕ ਆ। ਹਾਂ, ਤੁਹਾਨੂੰ ਜੋਬ ਇੱਥੇ ਲੱਭ ਸਕਦੀ ਆ, ਜੋਬ ਦੀ ਟੈਨਸ਼ਨ ਨਹੀਂ, ਜੋਬ ਲੱਗ ਸਕਦੀ ਆ। ਅਗਰ ਤੁਸੀਂ ਪ੍ਰੋਪਰ ਆਉਂਦੇ ਹੋ ਨਾ, ਤੁਸੀਂ ਫਾਈਂਡ ਆਊਟ ਕਰਦੇ ਹੋ, ਆਪਦੀ ਮਿਹਨਤ ਨਾਲ ਬਾਹਰ ਨਿਕਲਦੇ ਹੋ, ਬੰਦਿਆਂ ਨੂੰ ਮਿਲਦੇ ਹੋ, ਜੋਬ ਤੁਸੀਂ ਇੰਡੀਆ ਦਾ ਮਤਲਬ ਲੱਗਦੇ ਸਾਰ 30-40-50 ਹਜ਼ਾਰ ਰੁਪਇਆ ਕਮਾ ਸਕਦੇ ਹੋ, ਠੀਕ ਆ ਨਾ। ਇੱਥੇ ਏਡਾ ਉਹ ਨਹੀਂ ਹੈਗਾ, ਲੇਕਿਨ ਆਓ ਸਹੀ ਤਰੀਕੇ ਨਾਲ, ਸਹੀ ਢੰਗ ਨਾਲ, ਬਸ ਇੰਨੀ ਕੁ ਸਾਡੀ ਰਿਕੁਐਸਟ ਆ। ਤੇ ਜੇ ਕਿਤੇ ਆ ਵੀ ਜਾਂਦੇ ਹੋ, ਆਪਦਾ ਵੀਜ਼ਾ ਖਤਮ ਹੋਣ ਤੋਂ ਪਹਿਲਾਂ ਮੁੜ ਜਾਓ, ਮੁੜ ਜਾਓ, ਫਾਈਨ ਨਾ ਪਵਾਓ। ਇੱਕ ਦਿਨ ਦਾ ਫਾਈਨ ਪੈ ਗਿਆ, ਤੁਸੀਂ ਉੱਥੇ ਹੀ ਅੜ ਗਏ, ਤੁਹਾਤੋਂ ਕਲੀਅਰ ਨਹੀਂ ਹੋਣਾ, ਤੁਸੀਂ ਮਰੇ। ਹੋ ਗਿਆ, ਏਜੰਟ ਮੁੱਕਰ ਗਿਆ, ਟਿਕਟ ਨਹੀਂ ਲੈ ਕੇ ਦੇਣੀ, ਆਪਦਾ ਪਿੱਛਿਓਂ ਪੈਸੇ ਮੰਗਾਓ, ਉਹਨਾਂ ਨੂੰ ਕਹੋ ਸਾਨੂੰ ਟਿਕਟ ਕਰਕੇ ਦਿਓ, ਤਰੀਕ ਤੋਂ ਪਹਿਲਾਂ ਤੁਸੀਂ ਆਪਦਾ ਰਿਟਰਨ ਹੋ ਜਾਓ। ਜਿਹੜੀ ਏਜੰਟ ਉੱਥੇ ਤੁਹਾਨੂੰ ਰਿਟਰਨ ਟਿਕਟ ਦਿਖਾਉਂਦਾ ਵਿਜ਼ਿਟ ਵੀਜ਼ੇ ਨਾਲ, ਉਹ ਡੰਮੀ ਟਿਕਟ ਆ, ਇੱਥੋਂ 50 ਦਰਾਮ ਦੀ ਮਿਲ ਜਾਂਦੀ ਆ, ਠੀਕ ਆ। ਉਹ ਡੰਮੀ ਟਿਕਟ ਹੁੰਦੀ ਆ, ਉਹ ਸਿਰਫ ਜਿੱਦਣ ਉਹ ਬੰਦਾ ਦੁਬਈ ਉੱਤਰ ਗਿਆ, ਉਦੋਂ ਬਾਅਦ ਚੋਂ ਕੈਂਸਲ ਕਰਾ ਦਿੰਦੇ ਆ, ਠੀਕ ਆ। ਔਰ ਉਹਦੀ ਕੋਈ ਵੱਡੀ ਗੱਲ ਨਹੀਂ, ਨਾ ਸੋਚੋ ਸਾਨੂੰ ਰਿਟਰਨ ਟਿਕਟ ਲੈ ਕੇ ਆ ਰਿਹਾ ਬਾਈ, ਮੈਂ ਰਿਟਰਨ ਟਿਕਟ ਲੈ ਕੇ ਆ ਰਿਹਾ, ਨਹੀਂ ਇੱਦਾਂ ਨਹੀਂ, ਸਾਨੂੰ ਏਜੰਟ ਨੇ ਦਿੱਤੀ ਆ, ਨਹੀਂ, ਬਹੁਤ ਫਰੋਡ ਨੇ, ਥੋੜਾ ਧਿਆਨ ਨਾਲ ਚੱਲਣਾ। ਓਕੇ, ਕੁਛ ਹੋਰ? ਨਹੀਂ ਨਹੀਂ, ਇਹੀ ਬਸ, ਬਹੁਤ ਯਾਰ ਮੁੰਡੇ ਫਸੇ ਹੋਏ ਆ। ਹੋਰ ਵੀ ਟੌਪਿਕ ਲੈ ਕੇ ਆਵਾਂਗੇ ਆਪਾਂ ਇਹਨਾਂ ਚੀਜ਼ਾਂ ਤੇ, ਠੀਕ ਆ। ਹਲੇ ਨੈਕਸਟ ਟੌਪਿਕ ਆਪਣਾ ਜਿਹੜਾ ਆਉਣਾ ਵਾ, ਵੀ ਜਿਹੜੇ ਇੰਪਲੋਈ ਆ ਇੱਥੇ ਪੰਜਾਬੀ, ਹੈ ਨਾ, ਮੈਂ ਤਾਂ ਸਾਡਾ ਤਾਂ ਪੰਜਾਬੀਆਂ ਨਾਲ ਜ਼ਿਆਦਾ ਵਾਹ ਪਿਆ ਸੀ, ਪੰਜਾਬੀ ਪਰਪਸ ਲਈ ਰੱਖਦੇ ਹੁੰਦੇ ਹਾਂ ਨਾ, ਮਤਲਬ ਰੱਖਿਆ ਮੁੰਡੇ ਪੰਜਾਬੀ ਔਰ ਪੰਜਾਬੀ ਇੰਪਲੋਈ। ਹਾਂ, ਤੇ ਉਹ ਪੰਜਾਬੀ ਉਹਨਾਂ ਬਾਰੇ ਵੀ ਤੁਹਾਨੂੰ ਗੱਲ ਦੱਸਾਂਗੇ, ਮਤਲਬ ਕਿਹੋ ਜਿਹਾ ਬੰਦਾ ਕੀ ਆ। ਸਹੀ ਆ, ਨੈਕਸਟ ਚਲੋ ਜੀ, ਬਸ ਸਹੀ ਆ, ਧਿਆਨ ਰੱਖੋ, ਫਸੋ ਨਾ, ਫਾਈਨ ਨਾ ਪਵਾਓ, ਹੈ ਨਾ। ਮੁੜ ਕੇ ਆਊਟ ਪਾਸ ਲੈਣੇ ਪੈਂਦੇ ਆ, ਫਿਰ ਕਿਸੇ ਤੋਂ ਪੁੱਛ ਹੀ ਲਓ, ਚੰਗੇ ਬੰਦੇ ਤੋਂ ਆਊਟ ਪਾਸ ਬਣਨਾ ਵਾ, ਪੁੱਛ ਲਿਆ ਕਰੋ ਯਾਰ। ਨੰਬਰ ਆਪਣਾ ਡਿਸਕ੍ਰਿਪਸ਼ਨ ਦੇ ਵਿੱਚ ਹੈਗਾ ਵਾ, ਅਗਰ ਕਿਸੇ ਨੂੰ ਕੋਈ ਹੈਲਪ ਜਾਂ ਇਨਫੋਰਮੇਸ਼ਨ ਚਾਹੀਦੀ ਆ, ਮੋਸਟ ਵੈਲਕਮ, ਆਪਣੇ ਦਰਵਾਜ਼ੇ ਖੁੱਲ੍ਹਿਆ ਬਾਈ, ਕਦੇ ਵੀ ਮੈਸੇਜ ਕਰ ਦਿਓ, ਤੁਹਾਨੂੰ ਇਨਫੋਰਮੇਸ਼ਨ ਮਿਲ ਜਾਂਦੇ ਹੋਏ। ਚੈਨਲ ਨੂੰ ਸਬਸਕ੍ਰਾਈਬ ਕਰ ਲਿਓ, ਆਪਾਂ ਹੋਰ ਇਨਫੋਰਮੇਸ਼ਨ ਲੈ ਕੇ ਆਵਾਂਗੇ ਇਹਨਾਂ ਗੱਲਾਂ ਦੇ, ਠੀਕ ਆ ਨਾ। ਆਪਾਂ ਜ਼ਿਆਦਾ ਧਨੀ ਨਹੀਂ ਹੈਗੇ, ਲੇਕਿਨ ਜਿੰਨੀ ਕੁ ਨੌਲੇਜ ਹੈਗੀ, ਐਕਸਪੀਰੀਅੰਸ ਜੋ ਆਪਣਾ ਹੈਗਾ, ਉਹ ਹੀ ਦੱਸਾਂਗੇ। ਚਲੋ ਜੀ, ਬਾਬਾ ਬੰਦ ਕੌਣ ਕਰੂ, ਤੂੰ ਕਰ ਬੰਦ।